ਸਾਡੇ ਯੂਟਿਊਬ ਚੈਨਲ ਸੋਸ ਰੱਬ ਦੇ ਬਹੁਤ ਬਹੁਤ ਸਵਾਗਤ ਹੈ ਜੀ। ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੇਲ ਆਈਕੋਨ ਤੇ ਕਰੋ ਕਲਿੱਕ। ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ, ਤੁਹਾਨੂੰ ਲੈ ਚੱਲਦੇ ਇੱਕ ਨਵੀਂ ਵੀਡੀਓ ਤੇ ਖਬਰ ਲੈ। ਹਾਂਜੀ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਯੂਟਿਊਬ ਚੈਨਲ ਸੋਸ ਰੱਬ ਤੇ। ਦੋਸਤੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਤਸਵੀਰਾਂ ਟਰੈਕਟਰ ਮੰਡੀ ਬਰਨਾਲਾ ਦੀਆਂ, ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਹਰ ਪ੍ਰਕਾਰ ਦੇ ਟਰੈਕਟਰ ਟਰਾਲੀਆਂ ਜੋ ਕਿ ਦੂਰੋਂ ਨੇੜਿਓਂ ਵਿਕਣ ਦੇ ਲਈ ਇਸ ਮੰਡੀ ਦੇ ਵਿੱਚ ਹਰ ਸੋਮਵਾਰ ਨੂੰ ਜੋ ਕਿ ਇਹ ਮੰਡੀ ਲੱਗਦੀ ਉੱਥੇ ਵਿਕਣ ਲਈ ਆਉਂਦੇ ਹਨ। ਅੱਜ ਦੀਆਂ ਹੁਣ ਤੱਕ ਦੀਆਂ ਤਸਵੀਰਾਂ ਦੇ ਵਿੱਚ ਜਾਣੀ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜੋ ਕਿ ਟਰੈਕਟਰ ਮੰਡੀ ਬਰਨਾਲਾ ਦੀਆਂ। ਅੱਜ ਤੂੜੀ ਬਣਾਉਣ ਵਾਲੇ ਰੀਪਰਾਂ ਦੀ ਵੀ ਕਾਫੀ ਆਮਦ ਰਹੀ ਇਸ ਮੰਡੀ ਦੇ ਵਿੱਚ, ਜੋ ਕਿ ਆ ਵੀ ਰਹੇ ਹਨ। ਇਹ ਅੱਜ ਦੀਆਂ ਤਸਵੀਰਾਂ 4 ਫਰਵਰੀ 2019 ਜੋ ਕਿ ਟਰੈਕਟਰ ਮੰਡੀ ਬਰਨਾਲਾ ਦੀਆਂ, ਜਿੱਥੇ ਕਿ ਟਰੈਕਟਰ ਟਰਾਲੀਆਂ ਤੋਂ ਇਲਾਵਾ ਤੂੜੀ ਵਾਲੇ ਰੀਪਰ ਵੀ ਵਿਕਣ ਦੇ ਲਈ ਅੱਜ ਕੱਲ੍ਹ ਮੰਡੀ ਦੇ ਵਿੱਚ ਇਹਨਾਂ ਰੀਪਰਾਂ ਦੀ ਕਾਫੀ ਆਮਦ ਦੇਖੀ ਜਾ ਰਹੀ ਹੈ। ਕਣਕ ਦੇ ਸੀਜ਼ਨ ਨੂੰ ਦੇਖਦਿਆਂ ਟਰੈਕਟਰ ਮੰਡੀ ਬਰਨਾਲਾ ਜੋ ਕਿ ਦਾਣਾ ਮੰਡੀ ਸਬਜ਼ੀ ਮੰਡੀ ਦੇ ਨਾਲ ਬਿਲਕੁਲ ਨਾਲ ਇਹ ਮੰਡੀ ਲੱਗਦੀ ਹੈ ਹਰੇਕ ਸੋਮਵਾਰ ਨੂੰ। ਬਹੁਤ ਵੱਡੇ ਕਾਫੀ ਏਰੀਏ ਵਿੱਚ ਇਹ ਮੰਡੀ ਲੱਗਦੀ ਹੈ ਟਰੈਕਟਰ ਮੰਡੀ ਬਰਨਾਲਾ, ਜੋ ਕਿ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਹਰ ਪ੍ਰਕਾਰ ਦੇ ਟਰੈਕਟਰ ਛੋਟੇ ਵੱਡੇ ਪੁਰਾਣੇ ਨਵੇਂ ਤੋਂ ਨਵੇਂ ਪੁਰਾਣੇ ਤੋਂ ਪੁਰਾਣੇ ਟਰੈਕਟਰ ਟਰਾਲੀਆਂ ਜੋ ਕਿ ਇਸ ਮੰਡੀ ਦੇ ਵਿੱਚ ਵਿਕਣ ਦੇ ਲਈ ਆਉਂਦੇ ਹਨ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟਰੈਕਟਰ ਮੰਡੀ ਬਰਨਾਲਾ ਦੀਆਂ। ਧੰਨਵਾਦ ਜੀ।